ਵਿਵਰਸ ਅਸਲਾਮ ਵਾਲੇਕੁਮ, ਮੁਹੰਮਦ ਆਉਨ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਤੁਸੀਂ ਵੇਖ ਰਹੇ ਹੋ YouTube ਚੈਨਲ PK ਟਰੈਕਟਰ ਸਟੰਟਸ। ਅੱਜ ਦੀ ਵਿਵਰਸ ਵੀਡੀਓ ਦੇ ਵਿੱਚ ਟਰੈਕਟਰ ਹੈ ਜੀ 350C ਮਾਡਲ 2011। ਟਰੈਕਟਰ ਦੋਸਤੋ ਬਿਹਤਰੀਨ ਹੈ, ਸਾਫ਼ ਸੁਥਰਾ, ਜ਼ਿੰਮੇਦਾਰ ਇਸਤੇਮਾਲ ਹੋਇਆ ਟਰੈਕਟਰ ਹੈ ਜੀ। ਅਤੇ ਸਮਾਨ ਵੀ ਟਰੈਕਟਰ ਨੂੰ ਲੱਗਾ ਹੈ, ਬੰਪਰ ਟਰੈਕਟਰ ਨੂੰ ਜਿਹੜਾ ਉਹ ਲੰਮਾ ਜਿਹੜਾ ਖੁਸ਼ਾਬ ਏਰੀਆ ਦਾ ਹੈ ਉਹ ਲੱਗਾ ਹੈ, ਅਤੇ ਬਾਕੀ ਛੱਤ ਜਿਹੜੀ ਉਹ ਵੀ ਟਰੈਕਟਰ ਨੂੰ ਲੱਗੀ ਹੈ। ਨੰਬਰ ਵੀ ਟਰੈਕਟਰ ਨੂੰ ਪੰਜਾਬ ਦਾ ਲੱਗਾ ਹੈ। ਬਾਕੀ ਦੋਸਤੋ ਕੰਡੀਸ਼ਨ ਵੀ ਟਰੈਕਟਰ ਦੀ ਜਿਹੜੀ ਉਹ ਵੀ ਬਿਹਤਰੀਨ ਹੈ, ਜ਼ਿੰਮੇਦਾਰ ਇਸਤੇਮਾਲ ਹੋਇਆ ਟਰੈਕਟਰ ਹੈ ਅਤੇ ਬਿਲਕੁਲ ਸਾਫ਼ ਸੁਥਰਾ। ਤਕਰੀਬਨ ਇੰਜਣ ਦੀ ਜਿਹੜੀ ਕੰਡੀਸ਼ਨ ਹੈ ਉਹ 13-14 ਨੇ ਪਾਸ ਹੈ। ਇੰਜਣ ਜਿਹੜਾ ਉਹ ਮਾਲਕਾਂ ਨਵਾਂ ਕਰਵਾਇਆ ਹੈ, 13-14 ਨੇ ਟਰੈਕਟਰ ਦੇ ਇੰਜਣ ਦੀ ਕੰਡੀਸ਼ਨ ਹੈ। ਅਤੇ ਬਾਕੀ ਦੋਸਤੋ ਟਰੈਕਟਰ ਦੀ ਜਿਹੜੀ ਕੰਡੀਸ਼ਨ ਹੈ ਉਹ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਜਾ ਕੇ ਚੈੱਕ ਕਰਾ ਦਿੰਦੇ ਹਾਂ, ਵੀਡੀਓ ਨੂੰ ਫੁੱਲ ਵਾਚ ਕਰ ਲੈਣਾ। ਅਤੇ ਬਾਕੀ ਜਿਹੜੇ ਦੋਸਤ ਵੀਰਾ ਚੈਨਲ 'ਤੇ ਪਹਿਲੀ ਦਫ਼ਾ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੂੰ ਆਲ ਨੋਟੀਫਿਕੇਸ਼ਨ ਤੇ ਪ੍ਰੈਸ ਕਰੇ ਸਨ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਜਿਹੜੀ ਉਹ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਤੇ ਬਾਕੀ ਦੋਸਤੋ ਟਰੈਕਟਰ ਦੀ ਜਿਹੜੀ ਕੰਡੀਸ਼ਨ ਹੈ ਉਹ ਤੁਸੀਂ ਚੈੱਕ ਕਰ ਲਓ ਜੀ। ਹਾਂ ਜੀ ਦੋਸਤੋ, ਚੈੱਕ ਕਰੋ 350C 2011 ਮਾਡਲ। ਬੰਪਰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਬਈ ਇਸ ਨੂੰ ਥੱਲ ਏਰੀਆ ਤੇ ਲੱਗੋ ਆ, ਲੰਮਾ ਬੰਪਰ ਹੈ। ਅਤੇ ਟਾਇਰ ਟਰੈਕਟਰ ਦੇ ਵੇਖ ਲਓ, 13-14 ਨੇ ਟਰੈਕਟਰ ਦੇ ਅੱਗੇ ਵਾਲੇ ਟਾਇਰ ਹਨ। ਇੰਜਣ ਦਾ ਜਿਹੜਾ ਕਲਰ ਹੈ ਉਹ ਤੁਸੀਂ ਵੇਖ ਲਓ ਜੀ, ਕਲਰ ਟਰੈਕਟਰ ਦਾ ਜਿਹੜਾ ਆਪਣਾ ਜੈਨੂਅਨ ਹੈ। ਇੰਜਣ ਟਰੈਕਟਰ ਦਾ ਜਿਹੜਾ ਉਹ ਮਾਲਕ ਕਰਵਾਇਆ ਹੈ। ਇਸ ਟਾਈਮ ਇੰਜਣ ਦੀ ਕੰਡੀਸ਼ਨ ਤਕਰੀਬਨ 13-14 ਨੇ ਤੁਹਾਨੂੰ ਦੱਸੀ ਹੈ, ਠੀਕ ਹੈ ਜੀ। ਬਾਕੀ ਪੈਦਾਨ ਟਰੈਕਟਰ ਦੇ ਜਿਹੜੇ ਨੇ ਵੀ ਚੈੱਕ ਕਰ ਲਓ, ਟਰੈਕਟਰ ਦੋਸਤੋ ਬਿਹਤਰੀਨ ਹੈ, ਸਾਫ਼ ਸੁਥਰਾ, ਜ਼ਿੰਮੇਦਾਰ ਇਸਤੇਮਾਲ ਹੋਇਆ। ਪਿੱਛੇ ਦੇ ਟਾਇਰਾਂ ਦੀ ਕੰਡੀਸ਼ਨ ਵੇਖ ਲਓ ਜੀ, ਗਿਆਰਾਂ 12 ਨੇ ਟਰੈਕਟਰ ਦੇ ਪਿੱਛੇ ਵਾਲੇ ਟਾਇਰ ਹਨ। ਰਿਮਾਂ ਦੀ ਕੰਡੀਸ਼ਨ ਵੇਖ ਲਓ, ਰਿਮ ਟਰੈਕਟਰ ਦੇ ਜਿਹੜੇ ਨੇ ਬਿਲਕੁਲ ਸਾਫ਼ ਹਨ, ਕੋਈ ਦਾਗ ਧੱਬਾ ਟਰੈਕਟਰ ਦੇ ਰਿਮਾਂ ਦੇ ਉੱਤੇ ਨਹੀਂ ਲੱਗਾ। ਟਰੈਕਟਰ ਨੂੰ ਦੋਸਤੋ ਨੰਬਰ ਜਿਹੜਾ ਹੈ ਇਹ ਪੰਜਾਬ ਦਾ ਲੱਗਾ ਹੈ। ਸਮਾਰਟ ਕਾਰਡ ਵਗੈਰਾ ਜਿਹੜਾ ਟਰੈਕਟਰ ਦਾ ਉਹ ਬਣਿਆ ਹੈ। ਬੈਕ ਸਾਈਡ ਟਰੈਕਟਰ ਦੀ ਚੈੱਕ ਕਰ ਲਓ ਜੀ, ਟੂਪਾਂ ਲਿੰਕਾਂ ਬਿਲਕੁਲ ਬਿਹਤਰੀਨ ਹਨ, ਬਿਲਕੁਲ ਜ਼ਬਰਦਸਤ ਹਨ, ਕੋਈ ਤਰੁੱਟ ਬਾਜ ਨਹੀਂ, ਡਿੰਗ ਫੜੇਂਗ ਨਹੀਂ। ਲੋਕੇਸ਼ਨ ਟਰੈਕਟਰ ਦੀ ਜਿਹੜੀ ਦੋਸਤੋ ਉਹ ਹੈ ਜੀ ਚੌਕ ਰੋਡ ਖੁਸ਼ਾਬ ਦੀ। ਥਲ ਦਾ ਚੱਲੇ ਹੋਇਆ ਟਰੈਕਟਰ ਹੈ ਅਤੇ ਬਿਲਕੁਲ ਦੋਸਤੋ ਸਾਫ਼ ਸੁਥਰਾ ਟਰੈਕਟਰ ਹੈ ਜੀ। ਠੀਕ ਹੋ ਗਿਆ ਦੋਸਤੋ, ਲੋਕੇਸ਼ਨ ਟਰੈਕਟਰ ਦੀ ਜਿਹੜੀ ਉਹ ਤੁਹਾਨੂੰ ਦੱਸ ਦਿੱਤੀ। ਟਰੈਕਟਰ ਦੇ ਓਨਰ ਦੇ ਨਾਲ ਅਗਰ ਤੁਸੀਂ ਰਾਬਤਾ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੁਸੀਂ ਨੋਟ ਕਰ ਲਓ, 0326-2229-972।
ਇਹ ਟਰੈਕਟਰ ਦੇ ਓਨਰ ਦਾ ਨੰਬਰ ਹੈ, ਸਕਰੀਨ ਦੇ ਉੱਤੇ ਵੀ ਨੰਬਰ ਆ ਰਿਹਾ ਜੀ, ਤੁਸੀਂ ਇਸ ਨੰਬਰ 'ਤੇ ਰਾਬਤਾ ਕਰ ਸਕਦੇ ਹੋ। ਔਰ ਟਰੈਕਟਰ ਦੀ ਜਿਹੜੀ ਦੋਸਤੋ ਡਿਮਾਂਡ ਮਾਲਕ ਕਰ ਰਿਹਾ ਹੈ ਉਹ ਵੀ ਬਿਲਕੁਲ ਇੱਕ ਮੁਨਾਸਿਬ ਦੀ ਡਿਮਾਂਡ ਹੈ। ਵੈਸੇ ਵੀ ਟਰੈਕਟਰਾਂ ਦਾ ਦੋਸਤੋ ਹੁਣ ਸੀਜ਼ਨ ਹੈ ਅਤੇ ਡਿਮਾਂਡ ਟਰੈਕਟਰ ਦੀ ਮਾਲਕ ਕਰ ਰਿਹਾ ਹੈ ਜੀ 21 ਲੱਖ ਰੁਪਏ। ਠੀਕ ਹੈ ਜੀ, 21 ਲੱਖ ਰੁਪਏ ਟਰੈਕਟਰ ਦੇ ਮਾਲਕ ਦੀ ਡਿਮਾਂਡ ਹੈ ਅਤੇ ਬਾਕੀ ਜਿਹੜੀ ਹਮੇਸ਼ਾ ਦੀ ਤਰ੍ਹਾਂ ਮੌਕੇ 'ਤੇ ਪਿਆਰ ਮੁਹੱਬਤ ਕਮੀ ਪੇਸ਼ੀ ਜਿਹੜੀ ਉਹ ਤੁਹਾਡੇ ਨਾਲ ਇਨਸ਼ਾਅੱਲਾ ਜ਼ਰੂਰ ਕੀਤੀ ਹੋਈ ਸੀ। ਇਹ ਜਿਹੜੀ ਡਿਮਾਂਡ ਤੋਂ ਆਉਂਦੀ ਸੀ ਵੈਂਦੀ ਇਹ ਕੋਈ ਫਾਈਨਲ ਨਹੀਂ ਆਉਂਦੀ, ਇਹ ਨਹੀਂ ਕਿ ਜਿਹੜੀ ਡਿਮਾਂਡ ਮੈਂ ਦੱਸ ਦਿੰਦਾ ਉਹ ਫਾਈਨਲ ਆਉਂਦੀ, ਇਹ ਫਾਈਨਲ ਡਿਮਾਂਡ ਨਹੀਂ ਆਉਂਦੀ। ਮੌਕੇ 'ਤੇ ਜਿਹੜੀ ਕਮੀ ਪੇਸ਼ੀ ਇਨਸ਼ਾਅੱਲਾ ਤੁਹਾਡੇ ਨਾਲ ਜ਼ਰੂਰ ਇਸ ਡਿਮਾਂਡ ਦੇ ਵਿੱਚ ਵੀ ਕੀਤੀ ਹੋਈ ਸੀ। ਠੀਕ ਹੈ ਜੀ, ਵੈਸੇ ਮਾਲਕ ਤਾਂ ਜਿਹੜੀ ਉਹ ਇਸ ਟਰੈਕਟਰ ਦੀ ਡਿਮਾਂਡ ਮਤਲਬ 25 ਵੀ ਕਰ ਸਕਦਾ ਜੀ, 22 ਵੀ ਕਰ ਸਕਦਾ ਜੀ, 23 ਵੀ, ਲੇਕਿਨ ਜਿਹੜੀ ਉਸ ਡਿਮਾਂਡ ਕੀਤੀ ਮੈਂ ਤੁਹਾਨੂੰ ਉਹੀ ਦੱਸੀ, ਕੋਈ ਮੈਂ ਜਿਹੜੀ ਨਾ ਇਸ ਦੀ ਐਕਸਟਰਾ ਡਿਮਾਂਡ ਜਿਹੜੀ ਉਹ ਨਹੀਂ ਦੱਸੀ, ਜਾਂ ਕਮਿਸ਼ਨ ਵਾਲਾ ਕੰਮ ਵੀ ਮੇਰਾ ਨਹੀਂ। ਤੁਸੀਂ ਇਹ ਸੋਚੋ ਵੀ ਮੇਰਾ ਕਮਿਸ਼ਨ ਵਾਲਾ ਕੰਮ ਹੈ ਜਾਂ ਇਸ ਤਰ੍ਹਾਂ ਦਾ ਕੋਈ ਵੀ ਸੀਨ ਨਹੀਂ ਹੈ। ਇਸ ਵਾਸਤੇ ਟਰੈਕਟਰ ਦੇ ਮਾਲਕ ਦਾ ਨੰਬਰ ਜਿਹੜਾ ਉਹ ਤੁਹਾਨੂੰ ਨੋਟ ਕਰਵਾ ਦਿੱਤਾ ਹੈ, ਡਾਇਰੈਕਟ ਤੁਸੀਂ ਉਹਨਾਂ ਨਾਲ ਰਾਬਤਾ ਕਰੋ ਔਰ ਟਰੈਕਟਰ ਦੀ ਜਿਹੜੀ ਕੰਡੀਸ਼ਨ ਹੈ ਉਹ ਵੀ ਤੁਸੀਂ ਟਰੈਕਟਰ ਦੇ ਓਨਰ ਕੋਲੋਂ ਡਾਇਰੈਕਟ ਰਾਬਤਾ ਕਰਕੇ ਪੁੱਛ ਲਓ ਅਤੇ ਬਾਕੀ ਜਿਹੜੀ ਡਿਮਾਂਡ ਹੈ ਟਰੈਕਟਰ ਦੀ ਉਹ ਵੀ ਟਰੈਕਟਰ ਦੇ ਓਨਰ ਕੋਲੋਂ ਤੁਸੀਂ ਡਾਇਰੈਕਟ ਰਾਬਤਾ ਕਰਕੇ ਪੁੱਛ ਸਕਦੇ ਹੋ। ਮੇਰਾ ਕੋਈ ਵੀ ਦੋਸਤੋ ਕਮਿਸ਼ਨ ਕਮੂਸ਼ਨ ਵਾਲਾ ਜਿਹੜਾ ਕੋਈ ਵੀ ਕੰਮ ਜਾਂ ਕੋਈ ਸੀਨ ਨਹੀਂ ਹੈ ਫਿਲਹਾਲ। ਠੀਕ ਹੈ ਜੀ, ਅਤੇ ਬਾਕੀ ਦੋਸਤੋ ਟਰੈਕਟਰ ਦੋਸਤੋ ਜਿਹੜਾ ਤੁਹਾਨੂੰ ਚੈੱਕ ਕਰਾ ਦਿੱਤਾ ਹੈ ਮੁਕੰਮਲ ਕਰੀਬ ਤੋਂ, 21 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਹੈ, ਨੰਬਰ ਟਰੈਕਟਰ ਨੂੰ ਪੰਜਾਬ ਦਾ ਲੱਗਾ ਹੈ ਅਤੇ ਛੱਤ ਅਤੇ ਬੰਪਰ ਵੀ ਟਰੈਕਟਰ ਨੂੰ ਲੱਗਾ ਹੈ। ਠੀਕ ਹੋ ਗਿਆ ਜੀ, ਅਤੇ ਬਾਕੀ ਦੋਸਤੋ ਉਮੀਦ ਕਰੇ ਨਾ ਅੱਜ ਦੀ ਜਿਹੜੀ ਵੀਡੀਓ ਹੈ ਇਹ ਤੁਹਾਨੂੰ ਜ਼ਰੂਰ ਅੱਛੀ ਲੱਗੀ ਹੋ ਸੀ, ਜ਼ਰੂਰ ਪਸੰਦ ਆਈ ਹੋ ਸੀ। ਅਗਰ ਤੁਹਾਨੂੰ ਵੀਡੀਓ ਜਿਹੜੀ ਉਹ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ, ਜਿਹੜੇ ਦੋਸਤ ਵੀਰਾ ਚੈਨਲ 'ਤੇ ਪਹਿਲੀ ਦਫ਼ਾ ਆਏ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੂੰ ਆਲ ਨੋਟੀਫਿਕੇਸ਼ਨ 'ਤੇ ਪ੍ਰੈਸ ਕਰੇ ਸਨ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਆ ਸੀ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਬਆਸਾਨੀ ਔਰ ਜਲਦ ਅਜ਼ ਜਲਦ ਪਹੁੰਚ ਸਕੇ। ਠੀਕ ਹੈ ਜੀ, ਅਤੇ ਬਾਕੀ ਮਿਲਦੇ ਹਾਂ ਜੀ ਇਨਸ਼ਾਅੱਲਾ ਕੱਲ੍ਹ ਇੱਕ ਨਵੀਂ ਵੀਡੀਓ ਦੇ ਨਾਲ। ਵੀਡੀਓ ਮੁਕੰਮਲ ਵਾਚ ਕਰਨ ਦਾ ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼।